ਮੇਰੀ ਗੋਲੀ ਸੀ ਪਤਾ ਨਹੀਂ 10 ਸਾਲ ਤੋਂ ਪਹਿਲਾਂ ਸੀ ਮੈਂ ਨਿਆਣੇ ਜੱਟ ਜਾਗੀ ਸੀ ਉੱਥੇ ਉੱਥੋਂ ਤਾਂ ਪਤਾ ਨਹੀਂ ਮੈਨੂੰ ਕੀ ਹੋਇਆ ਕੁਝ ਨਹੀਂ ਉੱਥੇ ਮੇਰਾ ਕੋਈ ਫਰਕ ਨਹੀਂ ਪਿਆ ਪਹਿਲਾਂ ਵੀ ਜੱਟ ਜਾਂਦੇ ਉੱਥੇ ਕੋਈ ਫਰਕ ਨਹੀਂ ਪਿਆ ਉੱਥੇ ਨਿਆਣੇ 10 ਮਹੀਨਾ ਕੇ ਸਾਲ ਗਈਆਂ ਇੱਕ ਤੇ ਇੱਥੇ ਗੋਲੀ ਕੀ ਪ੍ਰੋਬਲਮ ਸੀ ਤੁਹਾਡੇ ਪਤਾ ਨਹੀਂ ਕਿ ਡਿਊਟੀ ਵਧੀ ਸੀ ਕਦੇ ਰਸੌਲੀ ਤੋਂ ਕੀ ਸੀ ਇੱਥੇ ਅੱਡੀ ਹੋਈ ਰਸੌਲੀ ਸੀ ਉਹ ਪਤਾ ਨਹੀਂ ਇਦਾਂ ਸੁੱਜਿਆ ਹੋਇਆ ਸੀ ਨਾ ਇੱਕ ਥੇ ਰਸੌਲੀ ਸੀ ਆ ਪਤਾ ਨਹੀਂ ਕੀ ਸੀ ਕਹਿੰਦੇ ਪਤਾ ਨਹੀਂ ਸਮਝ ਨਹੀਂ ਆਉਂਦੀ ਕੀ ਹੈ ਕੀ ਨਹੀਂ ਡਾਕਟਰ ਨੂੰ ਚੈੱਕ ਕਰਾਇਆ ਰਿਪੋਰਟਾਂ ਵੀ ਹੈਗੀਆਂ ਪਤਾ ਨਹੀਂ ਡਾਕਟਰ ਕੀ ਕਹਿੰਦਾ ਸੀ ਉਹ ਕਹਿੰਦੇ ਸਮਝ ਨਹੀਂ ਆਉਂਦੀ ਬਈ ਪਤਾ ਨਹੀਂ ਸੋਜ ਆ ਕਿ ਰਸੌਲੀ ਆ ਪਤਾ ਨਹੀਂ ਪੱਥਰੀ ਹੈ ਇਹਨਾਂ ਨਹੀਂ ਪਤਾ ਕੀ ਹੈ ਮਤਲਬ ਇੱਥੇ ਤੁਹਾਡੇ ਕੁਝ ਸੀਗਾ ਹਾਂ ਇੱਥੇ ਤੁਸੀਂ ਇਹਨਾਂ ਇਹਦਾ ਟੁੰਦੇ ਸੀ ਇਹ ਤਾਂ ਮਹਿਸੂਸ ਹੁੰਦਾ ਦਰਦ ਹੁੰਦਾ ਸੀ ਦਰਦ ਵੀ ਹੁੰਦਾ ਸੀ ਐਸੇ ਹੁੰਦਾ ਸੀ ਜਦ ਪਹਿਲੇ ਦਿਨ ਆਈ ਆ ਵੀ ਇਥੋਂ ਸ਼ੁਰੂ ਹੋ ਗਈ ਦਰਦ ਨੂੰ ਟੱਪਣ ਇਦਾਂ ਅਜੇ ਜਦੋਂ ਤੁਸੀਂ ਪਹਿਲੇ ਦਿਨ ਚਰਚ ਆਏ ਤੁਹਾਡੇ ਇੱਥੇ ਇਦਾਂ ਦਾ ਟੱਪਣ ਸ਼ੁਰੂ ਸਾਰੇ ਸਰੀਰ ਦੇ ਵਿੱਚ ਇਦਾਂ ਸਾਰੇ ਸਰੀਰ ਦੇ ਫੈਲ ਗਈ ਫਿਰ ਕੀ ਹੋਇਆ ਹੋ ਗਿਆ ਵੀ ਜਿੱਦਾਂ ਕੁਝ ਵੀ ਮਨ ਚੱਲੀ ਹੁਣ ਮੈਂ ਕੁਝ ਪੇਟ ਮੇਰਾ ਵੈਸ ਗਿਆ ਇਦਾਂ ਹੁਣ ਗਏ ਵੈਸ ਪਤਾ ਨਹੀਂ ਕੀ ਹੋ ਗਿਆ ਪੇਟ ਨੂੰ ਮੇਰਾ ਪੇਟ ਨਾਲ ਬਾਅਦ ਚ ਉਲਟੀ ਜੀ ਆਉਣ ਲੱਗ ਗਈ ਮੈਨੂੰ ਉਲਟੀ ਨਾਲ ਬੁੱਤ ਜੀ ਆ ਉਹਦੇ ਨਾਲ ਪਤਾ ਨਹੀਂ ਕਿਸ਼ ਨਿਕਲ ਗਿਆ ਤੁਹਾਨੂੰ ਫਿਰ ਉਲਟੀ ਆਈ ਹਾਂਜੀ ਤੁਹਾਡੇ ਪੇਟ ਚੋਂ ਕੁਝ ਨਿਕਲ ਗਿਆ ਨਿਕਲ ਗਿਆ ਹੁਣ ਕੁਝ ਕੋਈ ਪ੍ਰੋਬਲਮ ਨਹੀਂ ਹੁਣ ਕੋਈ ਪ੍ਰੋਬਲਮ ਸਰ ਛੋਟਾ ਤਾਲੀ ਮਾਰੋ ਯਿਸੂ ਮਸੀਹ ਦੀ ਜ਼ੋਰਦਾਰ 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 ਹੁਣ ਤੁਸੀਂ ਬਿਲਕੁਲ ਠੀਕ ਹੋ ਬਿਲਕੁਲ